ਘੁੰਮਿਆ ਸੀ ਉਹਦੇ ਪਿੱਛੇ ਵੀ ਇੱਕ ਬਹੁਤ ਬੜੀ ਕਹਾਣੀ ਆ ਬਾਈ ਤਰਸੇਮ ਸਿੰਘ ਜੱਸਲ ਹਾਂਜੀ ਮੰਮੀ ਡੈਡੀ ਅੱਜ ਬਹੁਤ ਖੁਸ਼ ਆ ਜੀ ਅਤੇ ਲੋਕ ਆਉਂਦੇ ਸਾਡੇ ਘਰ ਮਿਲਣ ਵੀ ਆਉਂਦੇ ਮੈਨੂੰ ਕਈ ਲੋਕ ਅਤੇ ਅਸੀਂ ਇੱਕ ਵਰਲਡ ਰਿਕਾਰਡ ਬਣਾਉਣ ਜਾ ਰਹੇ ਹਾਂ ਜਿਹੜਾ ਅਸੀਂ ਗਿਨੀਜ਼ ਬੁੱਕ ਨਾਲ ਟਾਈ ਅਪ ਕਰਨਾ ਰਾਜਸਥਾਨ ਇੰਟਰੂ ਕਹਿੰਦਾ ਵੀ ਕੰਨਿਆਕੁਮਾਰੀ ਕੰਨਿਆਕੁਮਾਰੀ ਤੋਂ ਉੱਪਰ ਮੁੜਿਆ ਸੀ ਬਾਪ ਮੈਂ ਹਾਕੀ ਕਮ ਸੇ ਕਮ 13-14 ਸਾਲ ਖੇਲਿਆ ਅੱਛਾ ਜੀ ਅਤੇ ਦੋ ਕੁ ਵਾਰ ਨੈਸ਼ਨਲ ਖੇਲ ਚੁੱਕਿਆ ਮੈਂ ਪੰਜਾਬ ਨੈਸ਼ਨਲ ਪੰਜਾਬ ਵੱਲੋਂ ਜਾਂ ਕਹਾ ਜਦੋਂ ਮੀਡੀਆ ਨੇ ਕਵਰ ਕਰਿਆ ਤਾਂ ਪਤਾ ਲੱਗਿਆ ਲੋਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਅਕਸਰ ਹੀ ਕਹਾਣੀਆਂ ਸੁਣਦੇ ਹਾਂ ਵੱਡੇ ਵੱਡੇ ਕਲਾਕਾਰਾਂ ਦੀਆਂ ਜਾਂ ਗੀਤਕਾਰਾਂ ਸੰਗੀਤਕਾਰਾਂ ਦੀਆਂ ਜਿਨ੍ਹਾਂ ਦੇ ਸਟਰਗਲ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਤੋ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਆਏ ਹਾਂ ਇੱਕ ਅਜਿਹੇ ਸਪੋਰਟਸਮੈਨ ਦੀ ਜੋ ਰੋਪੜ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਸਾਈਕਲ ਦੇ ਉੱਤੇ ਸਫ਼ਰ ਤੈਅ ਕੀਤਾ ਅਤੇ ਉਹਨਾਂ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਦਾ ਨਾਮ ਹੈ ਕਰਨਵੀਰ ਸਿੰਘ ਕਰਨਵੀਰ ਸਾਈਕਲਿਸਟ ਦੇ ਨਾਂ ਦੇ ਉੱਤੇ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਾਣਿਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਕਰਨਵੀਰ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਉੱਤੇ ਬਹੁਤ ਬਹੁਤ ਥੈਂਕਸ ਤੁਹਾਡਾ ਬਹੁਤ ਅਤੇ ਇਹਨਾਂ ਦੀ ਹੁਣ ਜਿਹੜੀ ਆਉਣ ਵਾਲੀ ਇੱਕ ਅਚੀਵਮੈਂਟ ਆ ਉਹਦੇ ਬਾਰੇ ਆਪਾਂ ਤੁਹਾਨੂੰ ਥੋੜ੍ਹਾ ਦੱਸ ਦੇਵਾਂ ਕਿ ਇਹ ਆਪਣੇ ਰੋਪੜ ਸ਼ਹਿਰ ਤੋਂ ਹੀ ਲੰਡਨ ਵੱਲ ਨੂੰ ਕੂਚ ਕਰਨਗੇ ਉਹ ਵੀ ਸਾਈਕਲ ਦੇ ਉੱਤੇ 21 ਕੰਟਰੀਆਂ ਦੇ ਵਿੱਚ ਉਹਦੀ ਹੁੰਦੇ ਹੋਏ 23,500 ਕਿਲੋਮੀਟਰ ਦਾ ਜਿਹੜਾ ਸਫ਼ਰ ਇਹਨਾਂ ਨੇ ਸਾਈਕਲ ਦੇ ਉੱਤੇ ਹੀ ਤੈਅ ਕਰਨਾ ਗਾ ਅਤੇ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਾਂਗਾ ਕਰਨਵੀਰ ਜੀ ਇਹਦੇ ਬਾਰੇ ਵਿੱਚ ਸਾਈਕਲ ਚਲਾਉਣ ਬਾਰੇ 'ਚ ਤੁਹਾਡਾ ਖਿਆਲ ਕਿਵੇਂ ਆਇਆ ਵੀ ਇਹ ਸ਼ੁਰੂ ਕਿੱਥੋਂ ਹੋਈ ਸੀਗੀ ਚੀਜ਼ ਸ਼ੁਰੂਆਤ ਜਦੋਂ ਮੈਂ ਸਟਾਰਟਿੰਗ ਕੀਤੀ 2015 ਦੇ ਵਿੱਚ ਜਦੋਂ ਮੈਂ ਵਰਕਆਊਟ ਕਰਨਾ ਸ਼ੁਰੂ ਕੀਤਾ ਸੀ ਮੈਂ ਜਦੋਂ ਹਾਕੀ ਮਤਲਬ ਛੱਡੀ ਜਦੋਂ ਇਸ ਗਰਾਊਂਡ 'ਚ ਮੈਂ ਹਾਕੀ ਖੇਡਿਆ ਜਿਸ ਗਰਾਊਂਡ 'ਚ ਆਪਾਂ ਖੜ੍ਹੇ ਹਾਂ ਫਿਰ ਮੈਂ ਇੱਕ ਲੱਕ ਲੈਣ ਸੁਣੀ ਵੀ ਮੈਂ ਲੱਕ ਕੁਛ ਕਰਨਾ ਦੁਨੀਆ ਨਾਲ ਅਤੇ ਫਿਰ ਮੈਂ ਜਦੋਂ ਸਾਈਕਲਿੰਗ ਨੂੰ ਪਹਿਲ ਦਿੱਤੀ ਮੈਂ ਪੂਰੇ 7-8 ਸਾਲ ਮੈਂ ਵਰਕਆਊਟ ਕੀਤਾ ਇਹਦਾ ਠੀਕ ਹੈ ਉਸ ਤੋਂ ਬਾਅਦ ਪੰਜਾਬ ਜਦੋਂ ਧਰਨਾ ਸ਼ੁਰੂ ਹੋਇਆ ਸੀ ਠੀਕ ਹੈ ਰੋਪੜ ਟੂ ਦਿੱਲੀ ਗਿਆ ਸੀ 300 ਕਿਲੋਮੀਟਰ ਧਰਨੇ ਦੇ ਉਸ ਤੋਂ ਬਾਅਦ ਫਿਰ ਪੰਜਾਬ ਘੁੰਮੇ ਆ ਜਦੋਂ ਮੈਨੂੰ ਲੱਗਿਆ ਵੀ ਹੁਣ ਮੈਂ ਰੈਡੀ ਆ ਫਿਰ 2021 ਦੇ ਵਿੱਚ ਮੈਂ ਆਲ ਇੰਡੀਆ ਸਾਈਕਲ ਟੂਰ ਜਿਹੜਾ ਕਿ ਸ਼ੁਰੂ ਕੀਤਾ ਸੀ ਸ਼ਾਇਦ ਤੁਸੀਂ ਧਰਨੇ 'ਤੇ ਜਾਣ ਵਾਲੇ ਵੀ ਪਹਿਲੇ ਇਨਸਾਨ ਸੀਗੇ ਪੰਜਾਬ 'ਚ ਸਾਈਕਲ ਦੇ ਉੱਤੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਹੀ ਪਹੁੰਚਿਆ ਜੀ ਧਰਨੇ ਨੂੰ 3 ਦਿਨ ਹੋ ਗਏ ਸੀ ਠੀਕ ਹੈ ਜੀ ਚੱਲਦੇ ਨੂੰ 4th ਦਿਨ ਮੈਂ ਇੱਥੋਂ ਪਿੰਡ ਤੋਂ ਸਵੇਰੇ ਨਿਕਲ ਗਿਆ ਸੀ ਘਰ ਦਿਨ ਬਿਨਾਂ ਦੱਸੇ ਅੱਛਾ ਹਾਂਜੀ ਹਾਂਜੀ ਅਤੇ ਉੱਥੇ ਜਾ ਕੇ ਜਦੋਂ ਮੀਡੀਆ ਨੇ ਕਵਰ ਕਰਿਆ ਤਾਂ ਪਤਾ ਲੱਗਿਆ ਲੋਕਾਂ ਨੂੰ ਵੀ ਤੁਸੀਂ ਉੱਥੇ ਪਹੁੰਚ ਚੁੱਕੇ ਸੀ ਬਿਲਕੁਲ ਬਿਲਕੁਲ ਭਾਜੀ ਵਾਹ ਚਲੋ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਅਤੇ ਇਹਦੀ ਫਿਰ ਉਹੀ ਗੱਲ ਕਹਾਂਗਾ ਕਿ ਇੰਸਪੀਰੇਸ਼ਨ ਜਦੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਕਿੱਥੋਂ ਆਪਾਂ ਨੂੰ ਆਉਂਦਾ ਵੀ ਮੈਂ ਸਾਈਕਲ ਚਲਾਉਣਾ ਜਾਂ ਮੈਂ ਇਹ ਉਪਲਬਧੀਆਂ ਹਾਸਲ ਕਰਨੀਆਂ ਨੇ ਤੁਹਾਡੀ ਇੰਸਪੀਰੇਸ਼ਨ ਕੌਣ ਹੈਗਾ ਤੁਹਾਡੀ ਇੰਸਪੀਰੇਸ਼ਨ ਕੌਣ ਬਣਿਆ ਇਸ ਸਫ਼ਰ ਦੇ ਮੇਰੇ ਸਫ਼ਰ ਦੇ ਲਈ ਮੇਰੇ ਤਾਂ ਇੱਕ ਬ੍ਰਦਰ ਧਰਮਵੀਰ ਸਿੰਘ ਹੋ ਗਏ ਠੀਕ ਹੈ ਗਗਨਦੀਪ ਸਿੰਘ ਹਾਕੀ ਇੰਟਰਨੈਸ਼ਨਲ ਗੱਗੀ ਅਤੇ ਗੁਰਜਿੰਦਰ ਸਿੰਘ ਹੋ ਗਏ ਗੋਗੀ ਅਤੇ ਹੋਰ ਵੀ ਕਈ ਪਲੇਅਰ ਆ ਜਿਨ੍ਹਾਂ ਨੂੰ ਦੇਖ ਕੇ ਮੈਂ ਮੇਰੇ ਦਿਲ ਦੇ ਵਿੱਚ ਵੀ ਆਇਆ ਵੀ ਯਾਰ ਮੈਂ ਵੀ ਇੱਕ ਨਾਮ ਕਮਾਵਾਂ ਨਾ ਜਦੋਂ ਅਸੀਂ 22 ਦੇ ਮੈਚ ਦੇਖਣ ਜਾਣਾ ਹਾਕੀ ਇੰਡੀਆ ਲੀਗ ਦੇ ਲੋਕ ਉਹਨਾਂ ਦਾ ਫੋਟੋ ਖਿਚਾਉਂਦੇ ਆ ਆਟੋਗ੍ਰਾਫ ਦਿੰਦੇ ਆ ਤਾਂ ਅੰਦਰ ਤੋਂ ਮੈਨੂੰ ਵੀ ਆਵਾਜ਼ ਆਈ ਵੀ ਮੈਂ ਵੀ ਕੁਛ ਅਲੱਗ ਕਰਾਂ ਆਪਣੇ ਭਰਾ ਵਾਂਗੂ ਉਹਨਾਂ ਦਾ ਵੀ ਪੂਰਾ ਸਹਿਯੋਗ ਆ ਮੇਰੇ ਨਾਲ ਹਾਕੀ ਇੰਡੀਆ ਦੀ ਟੀਮ ਦੇ ਗਗਨਦੀਪ ਸਿੰਘ ਹੋ ਗਏ ਗੁਰਜਿੰਦਰ ਹੋ ਗਏ ਗੁਰਜਿੰਦਰ ਸਿੰਘ ਗੋਗੀ ਹੋ ਗਏ ਅਤੇ ਰਮਨਦੀਪ ਹੋ ਗਏ ਬਾਕੀ ਹਰਜੀਤਾ ਜਿਹਨਾਂ ਦੀ ਫਿਲਮ ਬਣੀ ਆ ਇਹ ਸਾਰੇ ਮੇਰੇ ਮਤਲਬ ਕਲੋਜ਼ ਵੀ ਫਰੈਂਡ ਆ ਮਤਲਬ ਜਿਹੜੇ ਕਿ ਹਰ ਟਾਈਮ ਮੇਰੇ ਨਾਲ ਜੁੜੇ ਰਹਿੰਦੇ ਆ ਬਾਕੀ ਕਰਮਾ ਉਹ ਕਰਮਾ ਬਾਈ ਜੀ ਉਹ ਵੀ ਸਿੰਗਰ ਹੈ ਸ਼ਮੀ ਬਾਈ ਉਹ ਵੀ ਹਾਕੀ ਇੰਟਰਨੈਸ਼ਨਲ ਪਲੇਅਰ ਆ ਕਾਫੀ ਪਲੇਅਰ ਜਿਹੜੇ ਜੁੜੇ ਹੋਏ ਆ ਜਿਹੜੇ ਮੈਨੂੰ ਹਰ ਪ੍ਰਕਾਰ ਦੀ ਮਦਦ ਕਰਦੇ ਅਤੇ ਤੁਸੀਂ ਉਰੇ ਹਾਕੀ ਸਿਖਾ ਰਹੇ ਸੀਗੇ ਬੱਚਿਆਂ ਨੂੰ ਅਤੇ ਹਾਕੀ ਦੇ ਨਾਲ ਵੀ ਤੁਸੀਂ ਰੁਚੀ ਰੱਖਦੇ ਹੋ ਜਾਂ ਖੇਡਦੇ ਰਹੇ ਹੋ ਇਹਦੇ ਬਾਰੇ ਥੋੜ੍ਹਾ ਦੱਸੋ ਮੈਂ ਹਾਕੀ ਕਮ ਸੇ ਕਮ 13-14 ਸਾਲ ਖੇਲਿਆ ਅੱਛਾ ਜੀ ਅਤੇ 2 ਵਾਰ ਨੈਸ਼ਨਲ ਖੇਲ ਚੁੱਕਿਆ ਮੈਂ ਪੰਜਾਬ ਨੈਸ਼ਨਲ ਪੰਜਾਬ ਵੱਲੋਂ ਇਸੀ ਗਰਾਊਂਡ 'ਚ ਹਾਕੀ ਸ਼ੁਰੂ ਕੀਤੀ ਸੀ ਮੈਨੂੰ ਇਸੇ ਗਰਾਊਂਡ ਦੇ ਵਿੱਚ ਧਰਮਵੀਰ ਸਿੰਘ ਮੇਰੇ ਬ੍ਰਦਰ ਉਹ ਲੈ ਕੇ ਆਏ ਸੀ ਇਸੀ ਗਰਾਊਂਡ 'ਚ ਹਾਕੀ ਸ਼ੁਰੂ ਕੀਤੀ ਇੱਥੋਂ ਹੀ ਮੈਂ ਨੈਸ਼ਨਲ ਖੇਲਣ ਗਿਆ ਇੱਥੋਂ ਹੀ ਮਤਲਬ ਜਿਹੜੀ ਮੈਂ ਟ੍ਰੇਨਿੰਗ ਲਿੱਤੀ ਆ ਫਿਜ਼ੀਕਲ ਦੀ ਨੌਲੇਜ ਕਿ ਪੂਰੀ ਫਿੱਟ ਰਹਿਣ ਦੀ ਜਦੋਂ ਸਾਈਕਲਿੰਗ ਦਾ ਵਰਕਆਊਟ ਕਰਦਾ ਮੋਰਨਿੰਗ ਮੋਰੇ ਆ ਕੇ ਰਨਿੰਗ ਕਰਿਆ ਕਰਦਾ ਅਤੇ ਪੰਜਾਬ ਦਾ ਜਿਹੜਾ ਟੂਰ ਸੀਗਾ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦਾ ਟੂਰ ਕੀਤਾ ਸੀਗਾ ਉਹਦੇ ਉਹ ਕਿਹੜੀ ਕਿਹੜੀ ਜਗ੍ਹਾ 'ਤੇ ਗਏ ਔਰ ਕਿੰਨੇ ਕਿਲੋਮੀਟਰ ਦਾ ਟੂਰ ਉਹ ਤੁਹਾਡਾ ਰਿਹਾ ਸੀ ਉਹਦੇ ਬਾਰੇ ਥੋੜ੍ਹਾ ਉਹ ਆਲ ਪੰਜਾਬ ਮੈਂ ਪੂਰਾ ਘੁੰਮ ਚੁੱਕਿਆ ਸੀ ਉਹਦੇ ਵਿੱਚ ਮੈਂ ਵੀਡੀਓ ਨਹੀਂ ਬਣਾਈ ਐਕਚੁਲੀ ਮੈਂ ਯੂਟਿਊਬ ਚੈਨਲ ਜਿਹੜਾ ਹੁਣ ਬਣਾਇਆ ਉਹ ਵੀ ਜਿਹੜਾ ਮੈਂ ਇੰਡੀਆ ਘੁੰਮਿਆ ਸੀ ਉਹਦੇ ਪਿੱਛੇ ਵੀ ਇੱਕ ਬਹੁਤ ਬੜੀ ਕਹਾਣੀ ਆ ਬਾਈ ਤਰਸੇਮ ਸਿੰਘ ਜੱਸਲ ਹਾਂਜੀ ਜਿਹਨੇ ਸਪੋਂਸਰ ਕੀਤਾ ਜਿਹਨਾਂ ਨੇ ਯੂਟਿਊਬ ਬਣਾਇਆ ਅਤੇ ਫਿਰ ਹੁਣ ਯੂਟਿਊਬ ਬਣਿਆ ਜਦੋਂ ਮੈਂ ਉਹ ਘੁੰਮਿਆ ਸੀ ਉਸ ਟਾਈਮ ਮੈਨੂੰ ਲੱਗਦਾ ਕਮ ਸੇ ਕਮ ਮੈਂ 4,000 ਦੇ ਕਰੀਬ ਦਾ ਸਫ਼ਰ ਕਰ ਚੁੱਕਿਆ ਸੀ ਪੰਜਾਬ ਦਾ ਅਤੇ ਇੰਡੀਆ ਦੇ ਵਿੱਚ ਕਿਹੜੀ ਕਿਹੜੀ ਸਟੇਟ ਦੇ ਵਿੱਚ ਤੁਸੀਂ ਗਏ ਹੋ ਅਤੇ ਕਿਵੇਂ ਦਾ ਤਜਰਬਾ ਸੀਗਾ ਲੋਕਾਂ ਦਾ ਸਾਊਥ ਇੰਡੀਆ 'ਚ ਬਹੁਤ ਪਿਆਰ ਮਿਲਿਆ ਮੈਨੂੰ ਕਲਕੱਤੇ ਹੋ ਗਿਆ ਛੱਤੀਸਗੜ੍ਹ ਰਾਏਪੁਰ ਬਾਕੀ ਯੂਪੀ ਪਟਨਾ ਸਾਹਿਬ ਬਹੁਤ ਜਗ੍ਹਾ ਵੈਲਕਮ ਵੀ ਹੋਇਆ ਬਹੁਤ ਜਗ੍ਹਾ ਪਿਆਰ ਵੀ ਮਿਲਿਆ ਸਟਾਰਟ ਮੈਂ ਰੋਪੜ ਤੋਂ ਕਰਿਆ ਸੀ 1 ਅਕਤੂਬਰ ਤੋਂ ਸਟਾਰਟ ਕਰਕੇ ਉਰੇ ਤੋਂ ਮੈਂ ਫਿਰ ਦੂਏ ਦਿਨ ਮੈਂ ਰਾਜਸਥਾਨ ਐਂਟਰ ਹੋ ਗਿਆ ਤਾਂ ਫਿਰ ਕੰਨਿਆਕੁਮਾਰੀ ਤੋਂ ਉੱਪਰ ਮੁੜਿਆ ਸੀ ਵਾਪਸ ਕਿੰਨਾ ਟਾਈਮ ਲੱਗ ਗਿਆ ਸੀ ਕਿ ਇਹਨੂੰ ਪੂਰਾ ਕਰਨ ਦੇ ਲਈ 5 ਮਹੀਨੇ ਲੱਗ ਗਏ ਟੋਟਲ
ਕਿੰਨੇ ਕਿ ਕਿਲੋਮੀਟਰ ਦਾ ਸਫ਼ਰ ਸੀਗਾ ਇਹ ਤੁਹਾਡਾ? ਇਹ ਮੈਂ 25,000 ਪੂਰਾ ਕਰਨਾ ਸੀ ਤੇ 16,500 ਮੈਂ ਕਰ ਚੁੱਕਿਆ ਸੀ 5 ਮਹੀਨੇ ਜੋ ਮੈਂ ਚੱਲ ਰਿਹਾ ਸੀ ਉਸ ਹਿਸਾਬ ਨਾਲ ਵਰਲਡ ਰਿਕਾਰਡ ਬਣ ਜਾਣਾ ਸੀ ਮੇਰਾ। ਠੀਕ ਹੈ। ਅਤੇ ਮੈਨੂੰ ਇੰਜਰੀ ਦੇ ਕਾਰਨ ਜਦੋਂ ਮੇਰਾ ਐਂਕਲ ਟੁੱਟਿਆ ਪੈਰ ਦਾ ਮੂਹ ਦਾ ਉਸ 'ਤੇ ਫਿਰ ਡਾਕਟਰ ਨੇ ਮੈਨੂੰ ਥੋੜ੍ਹਾ ਰੈਸਟ ਲਈ ਕਹਿ ਦਿੱਤਾ ਸੀ ਫਿਰ ਮੈਂ ਰੈਸਟ ਕਰੀ ਫਿਰ ਉਸ ਤੋਂ ਬਾਅਦ 16,500 ਪੂਰਾ ਕਰਕੇ ਜਿਹੜਾ ਹੁਣ ਮੈਂ ਕਰਨ ਜਾ ਰਿਹਾ ਜਿਹੜਾ ਰਹਿ ਗਿਆ ਸੀ ਉਹ ਹੁਣ ਮੈਂ ਆਹ ਟੂਰ ਦੇ ਵਿੱਚ ਜਿਹੜਾ ਇੰਡੀਆ ਟੂਰ ਹੈਗਾ ਕੰਪਲੀਟ ਕਰਨਾ। ਮਤਲਬ ਇੰਡੀਆ ਟੂਰ ਦੇ ਲਈ ਤਰਸੇਮ ਸਿੰਘ ਜੱਸੜ ਜੀ ਹੁਣਾਂ ਨੇ ਤੁਹਾਨੂੰ ਸਪੋਂਸਰ ਕੀਤਾ ਸੀ ਉਹਨਾਂ ਨੇ ਤੁਹਾਡੇ ਆਪਣਾ ਹਾਂਜੀ 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 ਚਲੋ ਬੜੇ ਵਧੀਆ ਨੇਚਰ ਬੜੇ ਵਧੀਆ ਇਨਸਾਨ ਨੇ ਤਰਸੇਮ ਸਿੰਘ ਜੱਸੜ ਜੀ ਅਤੇ ਸਪੋਰਟਸਮੈਨ ਦੀ ਉਹਨਾਂ ਨੇ ਆਪ ਹੀ 22 ਜਨਸਾ ਮੈਨੂੰ ਆਪ ਵੀ 10-12 ਸਾਲ ਆਖੀ ਖੇਲੇ ਆ। ਅੱਛਾ ਜੀ ਹਾਂਜੀ ਹਾਂਜੀ ਉੱਤੇ ਆਪਣਾ ਆਪਣੇ ਮਨੋਹ ਅਤੇ ਕਾਫੀ ਪਲੇਅਰ ਨੂੰ ਜਾਣਦੇ ਆ ਮੈਂ ਦੱਸਿਆ ਉਹਨੇ ਪਰ ਜਿਹੜੇ ਉਹਨਾਂ ਉਹਨਾਂ ਟਾਈਮ ਖੇਲਦੇ ਸੀ ਉਹ ਇੰਟਰਨੈਸ਼ਨਲ ਪਲੇਅਰ ਉਹਨਾਂ ਨਾਲ ਦੇ ਰਹਿ ਚੁੱਕੇ। ਹੁਣ ਜਿਹੜਾ ਜਾਣਾ ਤੁਸੀਂ ਉਹ ਕਿੱਥੇ ਕਿੱਥੇ ਬਾਕੀ ਜਿਹੜੀ ਚੀਜ਼ ਪੂਰੀ ਕਰਨੀ ਹੈ ਅਸੀਂ ਜਿਹੜਾ ਇੰਡੀਆ ਟੂਰ ਹੈ ਇੰਡੀਆ ਟੂਰ ਦੇ ਵਿੱਚ ਮੈਂ ਪਹਿਲਾਂ ਪੰਜਾਬ ਪੂਰਾ 100 ਗੁਰਦੁਆਰੇ ਕਰਕੇ ਪੂਰੇ ਪੰਜ ਤਖ਼ਤ ਕਰਕੇ ਪੂਰੇ ਉਸ ਤੋਂ ਬਾਅਦ ਮੈਂ ਨਿਕਲਣਾ ਇੱਥੋਂ ਪੰਜਾਬ ਤੋਂ ਹਰਿਆਣਾ ਫਿਰ ਯੂਪੀ ਬਿਹਾਰ ਬਿਹਾਰ ਤੋਂ MP ਮਹਾਰਾਸ਼ਟਰ ਮਹਾਰਾਸ਼ਟਰ ਤੋਂ ਫਿਰ ਜਦੋਂ ਵਾਪਸ ਆਉਣਾ ਮੈਂ ਉਹ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਫਿਰ ਮੇਰੀ ਵਾਪਸੀ ਆਉਂਗੀ ਉਸ ਤੋਂ ਬਾਅਦ ਬੈਕ ਟੂ ਬੈਕ ਛੋਟੇ ਛੋਟੇ ਟੂਰ ਹੈਗੇ ਆ ਕਈ ਜਿਹੜੇ ਪੰਜਾਬ ਤੋਂ ਬਾਹਰ ਜਾਂ ਆਪਣਾ ਨੇਪਾਲ ਭੂਟਾਨ ਥਾਈਲੈਂਡ ਹੈ ਨਾ 2-3 ਕੰਟਰੀਆਂ ਛੋਟੀਆਂ ਹੋਰ ਆ ਜਿਹੜੀ ਮੈਂ ਕਰਨੀ ਹੈ ਜਿਨ੍ਹਾਂ ਦੀ ਪਲੈਨਿੰਗ ਹੋ ਚੁੱਕੀ ਹੈ ਅਤੇ ਮੈਂ ਥੈਂਕਸ ਉਸ ਬੰਦੇ ਦਾ ਕਰਨਾ ਚਾਹੁੰਦਾ ਮੇਰੇ ਦੋਸਤ ਲਵਲੀ ਜਿਨ੍ਹਾਂ ਨੇ ਮੈਨੂੰ ਪੂਰੀ ਗਾਈਡੈਂਸ ਦਿੱਤੀ ਹੈ ਵਰਲਡ ਟੂਰ ਦੀ ਮੈਨੂੰ ਹਰ ਟੂ ਸਟੈਪ ਮੈਨੂੰ ਦੱਸਦੇ ਰਹੇ ਵੀ ਕੀ ਕਰਨਾ ਹੈ ਅੱਗੇ ਕਿੱਦਾਂ ਜਾਣਾ ਹੈ ਕਿੱਦਾਂ ਵੀਜ਼ੇ ਲੈਣੇ ਆ ਸਾਰੇ ਉਹਨਾਂ ਕਰਕੇ ਹੋ ਰਿਹਾ ਸਾਰਾ ਕੁਝ। ਅਤੇ ਇਸ ਤੋਂ ਬਾਅਦ ਲੰਡਨ ਦਾ ਟੂਰ ਹੋਏਗਾ ਮੇਰੇ ਖਿਆਲ ਨਾਲ? ਹਾਂਜੀ ਫਾਈਨਲ ਲੰਡਨ ਦਾ ਟੂਰ। ਉਹ ਕਦੋਂ ਤੋਂ ਸ਼ੁਰੂ ਕਰਨਾ ਜੀ ਆਪਾਂ ਨੇ? ਉਹ ਨੈਕਸਟ ਈਅਰ ਅਸੀਂ ਵਿੱਚ ਬਜਾਰੇ ਮਤਲਬ ਕਿ ਅਗਸਤ ਦੇ ਨੇੜੇ ਤੇੜੇ ਸ਼ੁਰੂ ਕਰੂੰਗਾ ਸ਼ੁਰੂਆਤ ਜਿਹੜੀ ਉਹਦੀ ਹੋਣੀ ਹੈ। ਠੀਕ ਹੈ। ਉਹ ਅਸੀਂ ਸਮਾਂ 10 ਮਹੀਨਾ ਲਊਂਗੇ ਮੈਂ ਅਤੇ ਮੇਰਾ ਸਾਥੀ ਜਿਹੜਾ ਜਾਊਂਗਾ। ਠੀਕ ਹੈ। ਅਸੀਂ ਇੱਕ ਵਰਲਡ ਰਿਕਾਰਡ ਬਣਾਉਣ ਜਾ ਰਹੇ ਹਾਂ ਜਿਹੜਾ ਅਸੀਂ ਗਿਨੀਸ ਬੁੱਕ ਦੇ ਨਾਲ ਟਾਈ ਅਪ ਕਰਨਾ ਫਿਰ ਉਹਨਾਂ ਨੂੰ ਪੁੱਛਾਂਗੇ ਵੀ ਅਸੀਂ ਕਿੰਨਾ 10 ਮਹੀਨਾ ਟਾਈਮ ਲਵਾਂਗੇ ਫਿਰ ਅਸੀਂ ਉਹਦੇ ਅਕੋਰਡਿੰਗ 23,500 ਕਿਲੋਮੀਟਰ ਸਫ਼ਰ ਆ ਜਿਹੜਾ ਤੈਅ ਕਰਦੇ ਜਾਵਾਂਗੇ। 10 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਵੇ? ਹਾਂ 10 ਮਹੀਨਿਆਂ 'ਚ ਕੰਪਲੀਟ ਕੋਸ਼ਿਸ਼ ਸਾਡੀ ਇਹ ਹੋਊਗੀ ਉਸ ਤੋਂ ਪਹਿਲਾਂ ਹੀ ਕਰ ਦਈਏ ਪਰ ਅਸੀਂ ਜੇ 10 ਮਹੀਨੇ ਵੀ ਕਰਤਾ ਉਹ ਵੀ ਸਾਡੇ ਲਈ ਬਹੁਤ ਬੜੀ ਗੱਲ। ਇਹਦੀ ਕਾਗਜ਼ੀ ਕਾਰਵਾਈ ਵੀ ਬਹੁਤ ਸਾਰੀ ਹੋਏਗੀ ਕਿਉਂਕਿ ਆਪਾਂ ਕਈ ਦੇਸ਼ਾਂ ਦੇ ਵਿੱਚੋਂ ਦੀ ਗੁਜ਼ਰ ਕੇ ਜਾਣਾ ਹੈ। ਇਹਦੀ ਜਿਹੜੀ ਪਰਮਿਸ਼ਨ ਆ ਉਹ ਵੈਸੀ ਦੇਵੇਗੀ ਉਹ ਮਿਲ ਚੁੱਕੀ ਆ ਉਸ ਤੋਂ ਬਾਅਦ ਬਾਈ ਲੈਟਰ ਮੈਨੂੰ ਮਿਲਣੇ ਆ ਅਲੱਗ ਅਲੱਗ ਕੰਟਰੀਆਂ ਦੇ ਉਹਦੇ ਵੈਸੀ ਲਈ ਬੋਰਡਰ ਟੂ ਔਨਰੇਬਲ ਵੀਜ਼ੇ ਹੋਣੇ ਆ ਅਤੇ ਉਹ ਕਾਫੀ ਬੜੇ ਬੋਲੀਵੁੱਡ ਐਕਟਰ ਵੀ ਕੁਝ ਜੁੜਨ ਜਾ ਰਹੇ ਆ ਜਿਨ੍ਹਾਂ ਦੀ ਮੈਨੂੰ ਮਦਦ ਵੀ ਮਿਲਣੀ ਆ ਆਉਣ ਸਮੇਂ 'ਚ ਉਹ ਵੀ ਅਪਡੇਟ ਮਿਲ ਜਾਣੀ ਵੀ ਕਿਹੜੇ ਕਿਹੜੇ ਆ ਕਿਉਂਕਿ ਬੰਬੇ ਮੈਂ ਕਾਫੀ ਬੰਦਿਆਂ ਨੂੰ ਮਿਲਣ ਜਾ ਰਿਹਾ ਇੱਥੇ। ਅਤੇ ਜਿਵੇਂ ਇੱਕ ਤੁਸੀਂ ਜਿਹੜੇ ਇਸ ਟੂਰ ਦਾ ਨਾਮ ਰੱਖਿਆ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਨਾਮ ਦੇ ਉੱਤੇ ਰੱਖਿਆ ਇਹਦੇ ਇਹਦਾ ਖਿਆਲ ਕਿਵੇਂ ਆ ਜਾਂ ਇਹ ਮਤਲਬ ਕਿਉਂ ਚੁਣਿਆ ਗਿਆ ਇਸ ਨਾਮ ਨੂੰ? ਇਹ ਸਤਨਾਮ ਸਿੰਘ ਫੌਜੀ ਹੈ ਅਤੇ ਉਹਨਾਂ ਦੀ ਬੇਟੀ ਸਾਡੇ ਜਿਮ 'ਚ ਆਉਂਦੀ ਹੁੰਦੀ ਬਹੁਤ ਸਿਆਣੇ ਦੀ ਉਹ ਅਤੇ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਇੱਕ ਟੂਰ ਕਰਨਾ ਹੈ ਅਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਰੱਖੋ ਤਾਂ ਕਿ ਇੱਕ ਲੋਕਾਂ ਨੂੰ ਇੱਕ ਮੈਸੇਜ ਮਿਲੇ ਵੀ ਸ਼ੇਰੇ ਪੰਜਾਬ ਲੋਕ ਭੁੱਲ ਚੁੱਕੇ ਆ ਅਤੇ ਮੈਨੂੰ ਵੀ ਆਇਆ ਅਤੇ ਜਦੋਂ ਹੁਣ ਮੈਂ ਸ਼ੇਰੇ ਪੰਜਾਬ ਲਿਖਿਆ ਜਦੋਂ ਕਿਡਸ ਦੇ ਲੋਕ ਕਹਿੰਦੇ ਰਿਸਪੋਂਸ ਚੰਗਾ ਮਿਲ ਰਿਹਾ ਮੈਨੂੰ ਵੀ ਬਾਕੀ ਇੱਕ ਸਹੀ ਚੀਜ਼ ਰੱਖੀ ਆ ਕਿ ਬੱਚੇ ਭੁੱਲ ਚੁੱਕੇ ਆ ਸ਼ੇਰੇ ਪੰਜਾਬ ਆਪਾਂ ਨੂੰ ਤਾਂ ਪਤਾ ਆਪਾਂ ਪੜ੍ਹੇ ਹੋਏ ਆ ਅਸਲ ਬੱਚਿਆਂ ਨੂੰ ਭੁੱਲ ਗਏ ਪਰ ਮੈਨੂੰ ਲੱਗਦਾ ਵੀ ਜਿਹੜੀ ਇਹ ਚੀਜ਼ ਆ ਸ਼ੇਰੇ ਪੰਜਾਬ ਜਦੋਂ ਮੈਂ ਲਿਖ ਲੂੰਗਾ ਤਾਂ ਲੋਕ ਹੀ ਲੱਗਦਾ ਵੀ ਬਾਕੀ ਕਹੂੰਗੇ ਵੀ ਜਿਵੇਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਹਨਾਂ ਬਾਰੇ ਨਹੀਂ ਵੀ ਮੇਰੀ ਨੌਲੇਜ ਹੁੰਦੀ ਹੈ ਕਿ ਬਹੁਤ ਘੱਟ ਨੌਲੇਜ ਗਿਆਨ ਦੇਣਾ ਚਾਹੁੰਦੇ ਬਹੁਤ ਘੱਟ ਨੌਲੇਜ ਆ ਕਲਾਕਾਰਾਂ ਬਾਰੇ ਬਹੁਤ ਪਤਾ ਹੋਊਗਾ ਪਰ ਬੱਚਿਆਂ ਨੂੰ ਜ਼ਿਆਦਾਤਰ ਜੇ ਆਪਾਂ ਕਹੀਏ ਆਪਣੀ ਹਿਸਟਰੀ ਬਾਰੇ ਨਹੀਂ ਪਤਾ ਹੈਗਾ ਤੁਸੀਂ ਵੀ ਤੁਹਾਨੂੰ ਪਤਾ ਹੀ ਸਮਝਦਾ ਕਿਉਂਕਿ ਬੱਚੇ ਜ਼ਿਆਦਾਤਰ ਮੋਬਾਈਲਾਂ 'ਤੇ ਰਹਿੰਦੇ ਆ। ਹਾਂਜੀ ਹਾਂਜੀ ਮੈਂ ਉਹ ਚੀਜ਼ ਮੈਂ ਜਿਹੜਾ ਉਪਰਾਲਾ ਰੱਖਿਆ ਇੱਕ ਮਿਸ਼ਨ ਇੰਡੀਆ ਫਿਟ 2025 ਪੰਜਾਬ ਮਿਸ਼ਨ ਖੇਡਣਾ ਉਹ ਮੈਂ ਇਸ ਚੀਜ਼ ਕਰਕੇ ਰੱਖਿਆ ਉਹ 'ਚ ਸਕੂਲਾਂ ਕਾਲਜਾਂ ਜਾ ਕੇ ਮੈਂ ਫਿਟਨੈਸ ਅਵੇਅਰ ਦੇ ਮੈਸੇਜ ਦੇਣਾ ਚਾਹੁੰਦਾ ਮਿਸ਼ਨ ਇੰਡੀਆ ਫਿਟ 2025 ਉਹਦੇ ਵਿੱਚ ਬੱਚਿਆਂ ਦੱਸਣਾ ਕਿ ਫਿੱਟ ਕਿੱਦਾਂ ਰਹਿਣਾ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਹੈਲਥ ਆਪਾਂ ਕਿੱਦਾਂ ਬੈਸਟ ਰੱਖਣੀ ਆ ਕਿਉਂਕਿ ਅਤੇ ਜਿਹੜੀ ਤੁਸੀਂ ਆਪਣੀ ਹੈਲਥ ਦਾ ਧਿਆਨ ਜਾਂ ਰਸਤੇ ਵਿੱਚ ਜਿਵੇਂ ਤੁਸੀਂ ਦੱਸਿਆ ਇੰਜਰੀ ਹੋ ਗਈ ਸੀ ਹਾਂਜੀ ਹਾਂਜੀ ਜਾਂ ਇਨ ਫਿਊਚਰ ਤੁਹਾਡੇ ਅਗਲੇ ਪਲਾਨ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਹੈਲਥ ਪ੍ਰੋਬਲਮ ਆਉਂਦੀ ਉਹਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਜਾਂ ਤੁਹਾਡੇ ਗਾਈਡੈਂਸ ਨੇ ਕੋਈ ਡਾਕਟਰ ਨੇ ਜਾਂ ਕਿਵੇਂ ਇਹਦੇ ਬਾਰੇ? ਮੇਰੇ ਦੋਸਤ ਮੇਰੇ ਜਿਹੜੇ ਕੋਚ ਸਾਹਿਬ ਆ ਵਿੱਕੀ ਕੋਚ ਇੰਟਰਨੈਸ਼ਨਲ ਹੈਂਡਬੋਲ ਕੋਚ ਸਾਹਿਬ ਉਹਨਾਂ ਦੇ ਜਿਹੜੇ ਬੇਟੇ ਆ ਬਿੰਦਰ ਭਾਅ ਜੀ ਉਹਨਾਂ ਨੇ ਗੁਰਿੰਦਰ ਉਹਨਾਂ ਨੇ ਫਿਜ਼ੀਓਥੈਰੇਪੀ ਡਾਕਟਰ ਆ ਐਤਕੀ ਮੈਨੂੰ ਪੂਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਠੀਕ ਹੈ। ਹਰ ਇੱਕ ਮਸਲ 'ਤੇ ਕੰਮ ਕੀਤਾ ਜਾ ਰਿਹਾ ਵੀ ਕਿਹੜਾ ਮਸਲ ਵੀਕ ਆ ਉਹਦੀ ਰਿਕਵਰੀ ਹੋ ਰਹੀ ਹੈ ਕਿਉਂਕਿ ਮੈਨੂੰ ਪਤਾ ਹੈ ਵੀ ਜਿਹੜਾ ਵਰਲਡ ਟੂਰ ਹੈ ਮੈਂ ਕਰਨ ਜਾ ਰਿਹਾ ਇਹ 'ਚ ਮੈਨੂੰ ਦਿੱਕਤਾਂ ਬਹੁਤ ਆਉਣੀਆਂ ਤੁਹਾਨੂੰ ਪਤਾ ਹੀ ਹੈ ਲੰਬਾ ਸਫ਼ਰ ਆ ਜਦੋਂ ਇੰਡੀਆ ਦੇ ਬਾਹਰ ਜਾਣਾ ਆਪਾਂ ਨੂੰ ਕੁਝ ਨਹੀਂ ਪਤਾ ਉੱਥੇ ਦਾ ਕਿੰਨਾ ਹਿੱਲ ਏਰੀਆ ਲੱਗੂਗਾ ਜੰਗਲ ਕਿੰਨਾ ਲੱਗੂਗਾ ਕਿੱਦਾਂ ਖਾਣਾ ਪੀਣਾ ਹੈ ਕੀ ਕੀ ਖਾਣਾ ਹੈ ਉਹ ਸਾਰਾ ਡਾਇਟ ਪਲਾਨ ਬਣਾ ਰਿਹਾ ਟੋਟਲੀ
ਤੇ ਇਹਦੇ ਵਾਸਤੇ ਮਾਂ ਪਿਓ ਦਾ ਕਿੰਨਾ ਕੁ ਸਾਥ ਰਿਹਾ ਜਾਂ ਜਦੋਂ ਸ਼ੁਰੂ ਕੀਤਾ ਸੀ ਜਾਂ ਹੁਣ ਤੁਹਾਨੂੰ ਵੇਖਦੇ ਨੇ ਕਿੰਨਾ ਕੁ ਫਰਕ ਆਇਆ? ਮੰਮੀ ਡੈਡੀ ਅੱਜ ਬਹੁਤ ਖੁਸ਼ ਆ ਜੀ ਅਤੇ ਲੋਕ ਆਉਂਦੇ ਸਾਡੇ ਘਰ ਮਿਲਣ ਵੀ ਆਉਂਦੇ ਮੈਨੂੰ ਕਈ ਲੋਕ ਅਤੇ ਜਦੋਂ ਘਰ ਦੇ ਜਾਂਦੇ ਸ਼ਹਿਰ 'ਚ ਉੱਥੇ ਲੋਕ ਪੁੱਛਦੇ ਵੀ ਆ ਵੀ ਕਰਮਜੀਤ ਸਿੰਘ ਦੀ ਮੰਮੀ ਡੈਡੀ ਆ ਅਤੇ ਉਹਨਾਂ ਖੁਸ਼ੀ ਹੁੰਦੀ ਆ ਮਾਪਿਆਂ ਦਾ ਸਾਥ ਆ ਤਾਂ ਹੀ ਮੈਂ ਕਰ ਪਾ ਰਿਹਾ। ਪਹਿਲਾਂ ਸ਼ੁਰੂ 'ਚ ਕਿਵੇਂ ਸੀਗਾ ਜਦੋਂ ਤੁਸੀਂ ਪਹਿਲੇ ਟੂਰ ਬਾਰੇ ਪੰਜਾਬ ਦੇ ਟੂਰ ਬਾਰੇ? ਜਦ ਤਾਂ ਕਾਫੀ ਕਹਿੰਦੇ ਸੀ ਵੀ ਇਹਦੇ 'ਚ ਕੁਛ ਰੱਖਿਆ ਨਹੀਂ ਆ, ਕਹਿੰਦੇ ਨਹੀਂ ਹੁੰਦੇ ਵੀ ਮੈਂ ਮੁਸ਼ਕਿਲਾਂ ਆਉਂਦੀਆਂ ਬੰਦੇ ਘਰਦਿਆਂ ਨੂੰ ਕਹਿੰਦੇ ਵੀ ਛੱਡੋ ਵੀ ਕਿਹੜੇ ਪਾਸੇ ਲੱਗ ਗਿਆ ਹੈ ਜੇ ਹੁਣ ਵਰਲਡ ਟੂਰ 'ਤੇ ਜਾ ਰਿਹਾ। ਹੁਣ ਜਿੱਦਾਂ ਜਿਵੇਂ ਪਤਾ ਵੀ ਵਰਲਡ ਟੂਰ ਕਰਨ ਜਾ ਰਿਹਾ ਹੈ ਉਹਨਾਂ ਦਾ ਪਤਾ ਵੀ ਇਹ ਬੰਦੇ ਨੇ ਕੱਢਣਾ। ਜਿਹੜਾ ਮੇਰੇ ਦੋਸਤ ਲਵਲੀ ਆ ਜੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ, ਮਤਲਬ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਉਹ ਮੇਰੇ ਨਾਲ ਰਹਿਣਗੇ ਜਿਹੜੇ ਮੈਂ ਟੂਰ ਕਰੂੰਗਾ, ਕਿਉਂਕਿ ਉਹਨਾਂ ਦਾ ਵੀ ਬਹੁਤ ਬੜਾ ਯੋਗਦਾਨ ਆ। ਚੱਲਦੇ ਠੀਕ ਹੈ ਜੀ, ਅਤੇ ਮੈਂ ਲਾਸਟ ਦੇ ਵਿੱਚ ਇਹੀ ਪੁੱਛਣਾ ਚਾਹਾਂਗਾ ਕਿ ਜਿਹੜਾ ਲੰਡਨ ਦਾ ਟੂਰ ਤੁਹਾਡਾ ਰਹਿਣ ਵਾਲਾ ਹੈਗਾ ਉਹ ਬੜਾ ਹੀ ਰੋਮਾਂਚਕ ਰਹਿਣ ਵਾਲਾ, ਬਹੁਤ ਵਧੀਆ, ਅਤੇ ਉਸ ਤੋਂ ਫਿਰ ਵਾਪਸੀ ਆਉਣ ਤੋਂ ਬਾਅਦ ਅਤੇ ਜਾਂ ਉਸਨੂੰ ਪੂਰਾ ਕਰਨ ਤੋਂ ਬਾਅਦ ਆਪਣੇ ਪੰਜਾਬ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਜਾਂ ਪੰਜਾਬ ਦੀ ਉਹਨਾਂ ਦੀ ਪੀੜ੍ਹੀ ਦੇ ਲਈ ਤੁਸੀਂ ਕੀ ਵਿਚਾਰ ਕਰਦੇ ਹੋ ਜਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਉਸ ਤੋਂ ਬਾਅਦ ਕੀ ਕਰਨਾ ਚਾਹੁੰਦੇ? ਪਹਿਲਾਂ ਤਾਂ ਜੀ ਮੈਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਕਿ ਨਸ਼ਾ ਅੱਜ ਕੱਲ੍ਹ ਚੱਲ ਰਿਹਾ, ਠੀਕ ਹੈ, ਇੱਕ ਮੈਂ ਟੀਮ ਤਿਆਰ ਕਰਾਂਗਾ, ਹਰ ਜ਼ਿਲ੍ਹੇ 'ਚ ਬੰਦੇ ਜੋੜਾਂਗੇ ਵਧੀਆ, ਅਸੀਂ ਇੱਕ ਉਪਰਾਲਾ ਕਰਾਂਗੇ ਵੀ ਨਸ਼ਾ ਜਿਹੜਾ ਕਿ ਖਤਮ ਕੀਤਾ ਜਾਵੇ। ਮੇਰੇ ਇੱਕ ਦਿਲ ਦੀ ਤਮੰਨਾ ਮੈਂ ਆਪਣੇ ਸ਼ਹਿਰ ਦੇ ਵਿੱਚ ਇੱਕ ਸਟੇਡੀਅਮ ਬਣਾਵਾਂ, ਖੇਡ ਯੋਗ, ਮਤਲਬ ਕਿ ਲੋਕਾਂ ਨੂੰ ਇੱਕ ਇਹੋ ਜਿਹਾ ਗਰਾਊਂਡ ਬਣਾ ਕੇ ਦਈਏ ਆਉਣ ਵਾਲੀ ਪੀੜ੍ਹੀਆਂ ਕਿ ਫਿੱਟ ਰਹੇ। ਮੈਂ ਆਪਣੇ ਲਈ ਨਹੀਂ ਕੁਛ ਕਰਨਾ ਚਾਹੁੰਦਾ, ਮੈਂ ਆਪਣੀ ਕੌਮ ਦੇ ਲਈ ਕਰਨਾ ਚਾਹੁੰਦਾ ਹੈ। ਮੈਨੂੰ ਅੱਜ ਤੱਕ ਭਾਅ ਜੀ ਇਹ ਨਹੀਂ ਆ ਵੀ ਮੈਂ ਪੈਸਾ ਜੋੜ ਲਵਾਂ, ਮੇਰੇ ਮਨ ਦਾ ਪਰਮਾਤਮਾ ਬਣਾਇਆ ਮੈਨੂੰ ਇੱਦਾਂ ਹੁੰਦਾ ਵੀ ਮੈਂ ਲੋਕਾਂ ਲਈ ਕੁਛ ਕਰਨਾ ਹੈ। ਮੈਨੂੰ ਲੱਗਦਾ ਵੀ ਮੈਂ ਡਿਸੀਜ਼ਨ ਵੀ ਇਹੋ ਜਿਹੇ ਲੈ ਲਿਆ, ਮੈਨੂੰ ਲੱਗਦਾ ਵੀ ਲਾਈਫ ਦੇ ਵਿੱਚ ਜਿਹੜੇ ਮੈਂ ਸ਼ਾਇਦ ਮੈਂ ਲਾਈਫ 'ਚ ਇਕੱਲਾ ਹੀ ਰਹਾਂ, ਮੈਂ ਵਿਆਹ ਵੀ ਨਾ ਕਰਾਵਾਂ, ਮਤਲਬ ਕਿ ਜੋ ਮੈਂ ਡਿਸੀਜ਼ਨ ਲਿੱਤੇ ਆ ਵੀ ਮੈਂ ਲੋਕਾਂ ਲਈ ਜੀਣਾ ਚਾਹੁੰਦਾ ਵੀ ਮੈਂ ਪੰਜਾਬ ਨੂੰ ਉੱਪਰ ਚੱਕਣਾ, ਜ਼ਿੰਮੇਵਾਰੀ ਚੱਕੀ ਆ ਕਿ ਪੰਜਾਬ 'ਚ ਨਸ਼ਾ ਮੁਕਤ ਕਰਨਾ, ਮੈਂ ਖਤਮ ਕਰਨਾ, ਪੰਜਾਬ ਨੂੰ ਇੱਕ ਤੰਦਰੁਸਤ ਜਿੱਦਾਂ ਕਿ ਪਹਿਲਾਂ ਹੁੰਦਾ ਸੀ ਬਹੁਤ ਫਿੱਟ ਹੁੰਦੇ ਸੀ, ਪਹਿਲਵਾਨ ਤੁਹਾਨੂੰ ਪਤਾ ਹੀ ਗੋਰੇ ਦੇਖਣ ਆਇਆ ਕਰਦੇ ਸੀ, ਉਹ ਚੀਜ਼ ਅੱਜ ਚਾਹੀਦੀ ਆ। ਠੀਕ ਹੈ, ਬਹੁਤ ਹੀ ਵਧੀਆ ਸੋਚ ਅਤੇ ਵਿਚਾਰਾਂ ਵਾਲੇ ਕਰਨਵੀਰ ਸਿੰਘ ਸਾਈਕਲਿਸਟ ਸਨ ਸਾਡੇ ਨਾਲ। ਤੋ ਦੋਸਤੋ ਐਸੀ ਇੱਕ ਸਟਰਗਲ ਭਰੀ ਕਹਾਣੀ, ਹਿੰਮਤ ਭਰੀ ਕਹਾਣੀ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਅਕਾਲ।